ਜਦੋਂ ਹਜ਼ੂਰ ਦੀ ਗੱਲ ਆ ਜਾਏ ਤੇ ਫਿਰ ਤਾਂ ਕੁੱਤਿਆਂ ਨੂੰ ਵੀ ਜਲਾਲ ਆ ਜਾਂਦਾ, ਅਸੀਂ ਤਾਂ ਬੰਦੇ ਆ। ਕਿਉਂ ਜੀ? ਉਹ ਮੰਗੋਲਿਆਂ ਦਾ ਕੁੱਤਾ ਬੱਧਿਆ ਹੋਇਆ ਸੀ ਤੇ ਉਹਨੇ ਗੱਲ ਕਰ ਦਿੱਤੀ ਪਾਦਰੀ ਨੇ ਹਜ਼ੂਰ ਦੇ ਖਿਲਾਫ, ਤੇ ਕੁੱਤਾ ਸੋਨੇ ਦੇ ਜ਼ੰਜੀਰ ਨਾਲ ਬੱਧਿਆ ਹੋਇਆ ਸੀ। ਇਮਾਮ ਇਬਨ ਹਜਰ ਅਸਕਲਾਨੀ ਦੁਰਰੁਲ ਕਾਮਿਨਾ ਫੀ ਆਯਾਤ ਨਿਲ ਮਿਆਤ ਸਾਮਿਨਾ, ਉਹਦੇ 'ਚ ਲਿਖਿਆ ਵੇ ਉਹ ਕੁੱਤਾ ਬੱਧਿਆ ਹੋਇਆ ਸੀ ਸੋਨੇ ਦੀ ਜ਼ੰਜੀਰ ਨਾਲ। ਇੱਕ ਪਾਦਰੀ ਨੇ ਹਜ਼ੂਰ ਦੇ ਖਿਲਾਫ ਉੱਠ ਕੇ ਗੱਲ ਕੀਤੀ, ਉੱਥੇ ਇੱਕ ਵੀ ਮੁਸਲਮਾਨ ਕੋਈ ਨਹੀਂ ਸੀ, ਯਾ ਮਿਰਜ਼ੇ ਮੁਗਲ ਮੰਗੋਲੇ ਸਨ ਤੇ ਯਾ ਫਿਰ ਉੱਥੇ ਈਸਾਈ ਉਹਨਾਂ ਦੇ ਪਾਦਰੀ ਉਹਨਾਂ ਦੇ ਪੋਪ ਸਨ ਯਾ ਉਹਨਾਂ ਦੀ ਫੌਜ ਸੀ। ਉਹਨੇ ਕਿਹਾ ਅੱਜ ਹਜ਼ੂਰ ਦੇ ਖਿਲਾਫ ਗੱਲ ਕਰੋ, ਅੱਜ ਕਿਹਨੇ ਬੋਲਣਾ? ਕੁੱਤਾ ਜ਼ੰਜੀਰ ਸੋਨੇ ਦੇ ਨਾਲ ਬੱਧਿਆ। ਜਦੋਂ ਹਜ਼ੂਰ ਦੇ ਖਿਲਾਫ ਉਹਨੇ ਗੱਲ ਕੀਤੀ, ਕੁੱਤਾ ਇੰਜ ਸਿੱਧਾ ਖੜਾ ਹੋ ਗਿਆ। ਜਦੋਂ ਉਹਨੇ ਲੰਬੀ ਗੱਲ ਕੀਤੀ, ਫਵਸਬ ਅਲ ਕਲਬ, ਕੁੱਤੇ ਛਾਲ ਮਾਰੀ, ਸੋਨੇ ਦੀ ਜ਼ੰਜੀਰ ਉੱਥੇ ਸੁੱਟੀ, ਔਰ ਜਾ ਕੇ ਫਖਸ਼ਮ ਉਹਦੇ ਮੂੰਹ 'ਤੇ ਚੰਡ ਮਾਰੀ। ਉਹਨੇ ਕਿਹਾ ਹੋਸ਼ ਕਰ, ਭਾਵੇਂ ਕੁੱਤਾ ਲੇਕਿਨ ਵਫਾਦਾਰ ਰਸੂਲ ਅੱਲਾਹ ਦਾ। ਹਾਂਜੀ, ਤੁਸੀਂ ਸਾਨੂੰ ਕੀ ਮਤਲਬ? ਅਸਾਂ ਤਾਂ ਕਲਮਾ ਪੜਿਆ ਯਾਰ, ਉਹ ਤੇ ਮੰਗੋਲਿਆਂ ਦੇ ਦਰਵਾਜ਼ੇ ਤੇ ਬੱਧੇ ਹੋਏ ਸੀ ਸੋਨੇ ਦੀ ਜ਼ੰਜੀਰ ਨਾਲ। ਉਹਨੇ ਕਿਹਾ ਅੱਲਾ ਸੰਭਾਲੋ ਆਪਣਾ ਸੋਨਾ, ਮੈਂ ਉਹਨਾਂ ਨਾਲ ਵਫਾ ਕਰਨ ਲੱਗਾ, ਸਾਰੇ ਕੁੱਤੇ ਦੁਨੀਆ ਨੂੰ ਭੁੱਲ ਜਾਣਗੇ ਲੇਕਿਨ ਮੇਰਾ ਜ਼ਿਕਰ ਮਿੰਬਰਾਂ ਤੇ ਵੀ ਹੋਏਗਾ। ਅਸੀਂ ਤਾਂ ਯਾਰ ਕਲਮਾ ਪੜਿਆ, ਸਾਨੂੰ ਤੁਸੀਂ ਕੀ ਚਾਹੁੰਦੇ ਹੋ ਬਈ? ਉਹਨਾਂ ਨਾਲ ਬੇਵਫਾਈ ਕਰੀਏ? ਤੁਸੀਂ ਸਾਨੂੰ ਕੋਈ ਨਵਾਂ ਦੀਨ ਪੜਾਉਣਾ ਚਾਹੁੰਦੇ ਹੋ? ਐਨ ਜਾ ਕੇ ਉਹਨੇ ਚੰਡ ਮਾਰੀ। ਮਤਲਬ ਕਿਤਨੇ ਲੋਕ ਮੁਸਲਮਾਨ ਹੋਏ? 40,000 ਮੰਗੋਲੇ ਮੁਸਲਮਾਨ ਹੋ ਗਏ ਸਨ ਇਹ ਮੰਜ਼ਰ ਵੇਖ। ਉਹਨੇ ਫਿਰ ਜਨਾਬ ਉਹ ਜਾ ਕੇ ਉਹਨਾਂ ਕੁੱਤਿਆਂ ਨੂੰ ਪਤਾ ਕਿਤਨਾ ਕੁੱਟਿਆ ਹੋਣਾ ਹੈ, ਤੇ ਸਿਰਫ ਲਬੈਕ ਦੇ ਨਾਰੇ ਨਾਲ ਲੋਕ ਅੰਦਰ ਚਲੇ ਗਏ। ਤੇ ਜੇ ਮਜਮਾ ਹੀ ਉਹਨਾਂ ਦਾ ਹੋਵੇ, ਇਹ ਉੱਤੇ ਲੈ ਕੇ ਥੱਲੇ ਸਾਰੇ ਆਸ਼ਕੇ ਰਸੂਲ ਹਨ, ਤੇ ਆਪਨੇ ਮਰ ਲਬੈਕ ਦਾ ਨਾਰਾ ਲਗਾ ਦਿਆ, ਆਪਣੇ ਤਾਜਦਾਰੇ ਖਤਮ ਨੇ ਬੋ ਲਓ ਜੀ ਦਹਿਸ਼ਤਗਰਦੀ ਦਾ ਪਰਚਾ, ਤੇ ਜਿੱਥੇ ਹੈ ਸਾ ਨਹੀਂ ਉਹ ਸਾਰੇ ਕਾਫਿਰ, ਦੱਸੋ ਉਸ ਕੁੱਤੇ ਨੂੰ ਕਿਤਨਾ ਕੁੱਟਿਆ ਹੋਣਾ। ਲੇਕਿਨ ਕੁੱਤਾ ਉਹਨਾਂ ਕੁੱਟ ਕੇ ਕੁੱਟ ਕੁੱਟ ਕੇ ਉਹਨਾਂ ਬੰਨ ਦਿੱਤਾ। ਤੇ ਇੱਕ ਬੰਦਾ ਉਹਨਾਂ ਨੂੰ ਕਹਿਣ ਲੱਗਾ, ਯਾਰ ਕੁੱਤਾ ਤੈਨੂੰ ਤਾਂ ਨਹੀਂ ਲੜਿਆ, ਤੂੰ ਹਜ਼ੂਰ ਦੇ ਖਿਲਾਫ ਗੱਲ ਕੀਤੀ। ਉਹਨੇ ਕਹਿੰਦੇ ਕੱਲ ਅਬਲ ਹਾਜ਼ਲ ਕਲਬ ਅਜ਼ੀਜ਼ੁਨ ਨਫਸਰਾਨੀ ਯਸ਼ੀਰੁ ਬਿਯਦੀ ਫਜ਼ੰਨਾ ਅੰਨੀ ਯਰੀਦੁ ਅਨ ਅਦਰਬਹੁ। ਉਹਨੇ ਕਹਿੰਦੇ ਨਹੀਂ ਨਹੀਂ ਨਹੀਂ, ਕੁੱਤਾ ਕੁੱਤੇ ਕੋ ਕਿਆ ਪਤਾ ਥਾ ਮੈਂ ਕਿਆ ਬਾਤ ਕਰ ਰਹਾ ਹੂੰ, ਕੁੱਤਾ ਬੜਾ ਥਾ ਅਜ਼ੀਜ਼ੁਨ ਨਫਸ, ਬੜਾ ਗੈਰਤ ਵਾਲਾ ਕੁੱਤਾ ਸੀ, ਤੇ ਮੈਂ ਤਕਰੀਰ ਕਰ, ਉਹ ਪਾਦਰੀ ਕਹਿਣ ਲੱਗਾ ਮੈਂ ਤਕਰੀਰ ਕਰ ਰਿਹਾ, ਤੇ ਮੈਂ ਤਕਰੀਰ ਕਰਦਿਆਂ ਕਰਦਿਆਂ ਮੇਰਾ ਇਸ਼ਾਰਾ ਇੰਜ ਹੋਇਆ ਕੁੱਤੇ ਵੱਲ, ਤੇ ਕੁੱਤਾ ਬੜਾ ਅਜ਼ੀਜ਼ੁਨ ਨਫਸ ਸੀ, ਉਹ ਸੋਨੇ ਦਾ ਜ਼ੰਜੀਰ ਤੋੜ ਕੇ ਮੈਨੂੰ ਪੈ ਗਿਆ। ਕਿਉਂ ਜੀ? ਤੇ ਫਿਰ ਕੀ ਹੋਇਆ? ਦੁਬਾਰਾ ਫਿਰ ਸਟੇਜ 'ਤੇ ਚੜਿਆ, ਉਹਨੇ ਹਜ਼ੂਰ ਦੇ ਖਿਲਾਫ ਫਿਰ ਗੱਲ ਕਰ ਦਿੱਤੀ। ਫਾ ਤਾਲਾ, ਉਹਨੇ ਗੱਲ ਫਿਰ ਲੰਬੀ ਕਰ ਦਿੱਤੀ। ਫਵਸਬ ਅਲ ਕਲਬ ਮਰਰਤਾ ਨੁਖਰਾ, ਫਿਰ ਕੁੱਤਾ ਉਛਲਿਆ। ਉਹਨਾਂ ਫਿਰ ਇੱਕ ਜ਼ੰਜੀਰ ਤਾਂ ਨਹੀਂ ਨਾ ਪਾਈ ਹੋਣੀ ਜੀ, ਉਹਨੂੰ ਬਲਕਿ ਪੈਰ ਵੀ ਬੰਨ ਦਿੱਤੇ ਹੋਣੇ। ਬਈ ਇਹ ਤਾਂ ਬੜਾ ਉਹਨਾਂ ਤਾਂ ਸਮਝ ਹਲਕਾ ਹੋ ਗਿਆ, ਬਈ ਉੱਠ ਕੇ ਹਜ਼ਾਰਾਂ ਦੇ ਮਜਮੇ 'ਚੋਂ ਪੈ ਜੇ ਗਿਆ ਉਹਨੂੰ, ਉਹਨੂੰ ਤਾਂ ਬਲਕਿ ਉਹਦੇ ਪੈਰ ਵੀ ਬੰਨ ਦਿੱਤੇ ਹੋਣੇ ਨੇ। ਹਾਂਜੀ, ਤੇ ਉਹ ਫਿਰ ਜਦੋਂ ਉਹਨੇ ਹਜ਼ੂਰ ਦੇ ਖਿਲਾਫ ਗੱਲ ਕੀਤੀ, ਫਵਸਬ ਅਲ ਕਲਬ ਮਰਰਤਾ ਨੁਖਰਾ, ਫਿਰ ਕੁੱਤਾ ਉੱਠਿਆ, ਉਹਨੇ ਸਾਰੀਆਂ ਜ਼ੰਜੀਰਾਂ ਤੋੜ ਕੇ ਫਿਰ ਸਟੇਜ 'ਤੇ ਜਾ ਫਕਬਦ ਆਲਾ ਜ਼ਰਦਮਤ ਹੀ, ਫਿਰ ਉਹਨੇ ਤੋਂ ਜਾ ਗਰਦਨ ਨੱਪੀ। ਪਹਿਲੇ ਤਾਂ ਚੰਡ ਮਾਰੀ ਸੀ ਵੀ ਇਨਸਾਨ ਬਣ, ਭਾਵੇਂ ਇੱਥੇ ਮੁਮਤਾਜ਼ ਕਾਦਰੀ ਕੋਈ ਨਹੀਂ, ਇਲਮੁਦੀਨ ਕੋਈ ਨਹੀਂ, ਆਮਿਰ ਅਬਦੁਰਰਹਿਮਾਨ ਕੋਈ ਨਹੀਂ, ਲੇਕਿਨ ਮੈਂ ਇਸ ਡਿਊਟੀ ਵਾਸਤੇ ਇੱਥੇ ਮੌਜੂਦ ਹਾਂ। ਦੁਬਾਰਾ ਉਹਨੇ ਜਾ ਕੇ ਇੱਥੋਂ ਦੀ ਗਰਦਨ ਨੱਪੀ, ਲੋਕਾਂ ਦੇ ਆਉਣ ਤੋਂ ਪਹਿਲੇ ਫਕਲਾ, ਉਸਨੇ ਉਸਕਾ ਸਰ ਤਨ ਸੇ ਜੁਦਾ ਕਰ ਦਿਆ। ਫਅਸਲਮਾ ਬਿਸਬਬ ਬਿਜ਼ਾਲਿਕਾ ਨਾਬ ਅਰਬਈਨਾ ਅਰਬਈਨਾ ਅਲਫਮ ਮਿਨ ਅਲ ਮੁਗਲ। ਇਮਾਮ ਇਬਨ ਹਜਰ ਫਰਮਾਉਂਦੇ ਨੇ, ਇਹ ਮੰਜ਼ਰ ਵੇਖ ਕੇ ਨਾ ਆਏ ਸਨ ਈਸਾਈ ਹੋਣ, ਜਦੋਂ ਉਹਨਾਂ ਮੰਜ਼ਰ ਵੇਖਿਆ ਕਿ ਹਜ਼ੂਰ ਦੀ ਇੱਜ਼ਤ ਵਾਸਤੇ ਕੁੱਤੇ ਨੇ ਬੰਦਾ ਮਾਰ ਦਿੱਤਾ, 40,000 ਤਾਂ ਤਾਰੀ ਲਾ ਇਲਾ ਇਲਾ ਮੁਹੰਮਦ ਰਸੂਲ ਅੱਲਾ ਪੜ੍ਹ। ਲਓ ਜੀ, ਕੁੱਤਾ ਵੀ ਸ਼ਿਕਾਰੀ ਸੀ। ਕਿਉਂ ਜੀ? ਉਹ ਲੰਮੀਆਂ ਟੰਗਾਂ ਵਾਲਾ, ਇੱਕ ਤਾਂ ਬੋਲੀ ਆਉਂਦਾ ਨਾ ਸ਼ਿਕਾਰੀ, ਤਾਂ ਲੜਨਾ ਹੀ ਕਾਹ ਨਹੀਂ, ਉਹਨੇ ਬੰਦਾ ਕਿੰਝ ਮਾਰ ਦਿੱਤਾ। ਜ਼ੋਰ ਇਸ਼ਕ ਅਜ਼ਬਾਦੋ ਆਬੋ ਖਾਕ ਨੀਸਤ,
ਕੁਵਤ ਅਸ਼ਦ ਸਖਤੀ ਆਸਾਬ ਨੇ। ਇਕਬਾਲ ਕਹਿੰਦਾ ਵਾ ਜਿਹੜਾ ਇਸ਼ਕ ਦਾ ਜ਼ੋਰ ਹੈ ਨਾ ਉਹ ਡੰਡਾ ਪੈਂਟ ਕਾ ਨਾਲ ਨਹੀਂ ਆਉਂਦਾ। ਹਾਂ ਅਤੇ ਬੜੇ ਬੜੇ ਡੋਲੇ ਹੋਵਨ ਬੰਦੇ ਦੇ। ਕਹਿੰਦਾ ਇਸ਼ਕ ਦਾ ਜ਼ੋਰ ਜਿਹੜਾ ਉਹ ਇਹਨਾਂ ਤੋਂ ਮਾਵਰਾ ਹੈ। ਹਾਂਜੀ ਕੁੱਤਾ ਵੀ ਸ਼ਿਕਾਰੀ ਅਤੇ ਉਹ ਬੰਦਾ ਮਾਰ ਦੇਵੇ ਹਜ਼ਾਰਾਂ ਦੇ ਮਜਮੇ ਵਿੱਚੋਂ ਤਾਂ ਸਰ ਤਨ ਨਾਲ ਜੁਦਾ ਕਰ ਦੇ, ਉਹਦੇ 'ਚ ਪਾਵਰ ਕਿੱਥੋਂ ਆਈ? ਇਸ਼ਕ ਆਪਣੇ ਫੈਸਲੇ ਕਰਨੇ ਮੇ ਖੁਦ ਬੜਾ ਦਲੇਰ ਹੋਤਾ ਹੈ। ਹਾਂ ਹਾਂਜੀ ਇਹ ਆਪਣੀ ਬਾਤ ਯਾਦ ਰੱਖਣਾ ਜਿਹੜੇ ਜੀ ਉਹ ਜਿਹੜਾ ਟੰਗਾਂ ਬੰਦੀ ਦੀ ਐਵੇਂ ਕਮੀ ਜਾਣ, ਤਕਰੀਰ ਮੈਂ ਕਰ ਰਿਹਾ ਹਾਂ। ਲਓ ਜੀ ਇਹ ਮੌਲੀ ਸਾਹਿਬ ਮਰਬੂ ਨੇ ਅੱਜ ਕਿਉਂ ਜੀ ਇਹ ਮਰਬੂ ਤੁਸੀਂ ਨਹੀਂ ਮਰਨੇ ਬਿਲਕੁਲ। ਸ਼ਾਲਾ ਬੋਸ ਦਿਲਾਂ ਕਦੀ ਨੀਂਦ ਨਾ ਆਵੇ, ਸ਼ਾਲਾ ਬੋਸ ਦਿਲਾਂ, ਹਾਂ ਸ਼ਾਲਾ ਬੋਸ ਦਿਲਾਂ ਕਦੀ ਨੀਂਦ। ਇਹ ਵੀ ਆ ਗਏ ਜੇਲ੍ਹ 'ਚੋਂ ਆ ਗਏ, ਇਹ ਵੀ ਆ ਗਏ, ਇਹ ਵੀ ਆ ਗਏ, ਹੋਰ ਵੀ ਤੁਸੀਂ ਸਾਰੇ ਜਿਹੜੇ ਆਏ ਆਪ ਸਾਹਿਬ ਵੀ ਆ ਗਏ, ਤੁਸੀਂ ਸਾਰੇ ਆ ਗਏ, ਆ ਨਹੀਂ ਗਏ ਉਹ ਤਾਂ ਕੋਈ ਫਾਂਸੀ ਕਾਰਡ ਲੱਗੇ ਪਏ ਸਨ ਬਈ ਬਈ ਜਿਹੜਾ ਨਵੇਂ ਚਾੜੀ ਆ ਰਹੇ ਸਨ ਜੀ ਇਹ ਐਵੇਂ ਜਨਾਬ ਉਹ ਜੀ ਨੇ ਨਹੀਂ ਤੁਹਾਨੂੰ ਪਤਾ ਨਹੀਂ ਹਾਲਾਤ, ਤੁਹਾਡੀ ਖੁਸ਼ ਨਸੀਬੀ ਬਈ ਤੁਹਾਡੇ ਨੱਕੇ ਵਿੱਚ ਰੇਂਜਰ ਪਹਿਲੀ ਵਾਰੀ ਆਈ, ਜਦੋਂ ਦਾ ਨੱਕਾ ਕਲਾਮ ਬਣਿਆ ਰੇਂਜਰ ਪਹਿਲੀ ਵਾਰੀ, ਸ਼ੁਕਰ ਨਹੀਂ ਕਰਦੇ ਅਤੇ ਡੂਡਨ ਕਿਨੂੰ ਆਈ ਵੀ ਨਾਰੇ ਲੱਭਿਆ ਕਾ ਕੌਣ ਲਗਾਤਾ, ਤਾਜਦਾਰ ਖਤਮ ਨਬੂਤ ਕਾ ਕੌਣ ਹੈ? ਹਾਂਜੀ ਡੂਡਣ ਵੀ ਆਏ ਤਾਂ ਕਿਹਨੂੰ ਡੂਡਣ ਆਏ? ਤੁਸੀਂ ਖੁਸ਼ ਨਸੀਬ ਹੋ, ਪੂਰੀ ਦੁਨੀਆ ਦੇ ਨੱਕਾ ਕਲਾਂ ਜਿਹੜਾ ਉਹ ਮਸ਼ਹੂਰ ਹੋ ਗਿਆ ਤੁਹਾਡੀ ਤੁਹਾਡੀ ਗ੍ਰਿਫਤਾਰੀ ਦੀ ਵਜ੍ਹਾ ਤੋਂ। ਉਹ ਜੀ ਉਹ ਕਿਹੜੇ ਬੰਦੇ ਸਨ ਜੀ? ਮੈਨੂੰ ਬਾਹਰੋਂ ਵੀ ਲੋਕ ਫੋਨ ਕਰਦੇ ਉਹ ਜੀ ਕਿਹੜੇ ਬੰਦੇ ਸਨ ਜੀ? ਉਹ ਜੀ ਉਹ ਜੁਰੋ ਜੀ 500 ਸਾਲ 5000 ਸਾਲ ਉਹ ਜੀ ਉਹਨਾਂ ਕੀਤਾ ਕਿਵੇਂ? ਮੈਂ ਕਿਹਾ ਜੁਰਮ ਤਾਂ ਇਤਨਾ ਹੀ ਸੀ ਲੱਭੈਕ, ਹੋਰ ਤਾਂ ਕੋਈ ਜੁਰਮ ਨਹੀਂ ਸੀ। ਖੂਨ ਹੈ ਨਾ ਕਰਦਾ ਏਮ ਵਕਸੇਰਾ ਨਾ ਕੁਛਤਾ ਏਮ ਜੁਰਮਮ ਹਮੀ ਕਿ ਆਸ਼ਿਕ ਰੂਹੇ ਤੂੰ ਗਛਤਾ ਏ। ਮੈਂ ਕਿਹਾ ਨਾ ਉਹਨਾਂ ਕਿਸੇ ਨੂੰ ਮਾਰਿਆ ਨਾ ਕਤਲ ਕੀਤਾ ਨਾ ਹੀਰੋਨ ਵੇਚੀ, ਕਿਉਂ ਜੀ? ਨਾ ਪਲਾਟਾਂ ਦੇ ਕਬਜ਼ੇ ਕੀਤੇ, ਕਿਉਂ? ਨਾ ਕਿ ਸਰਕਾਰੀ ਦਰਬਾਰੀ ਕੋਈ ਚਮਚਾਗੀਰੀ ਕੋਈ ਐਸੀ ਚਮਚਾ, ਸਿਰਫ ਇਹ ਜੁਰਮ ਸੀ ਕਿ ਲੱਭੈ ਕਿਨਾਰਾ ਕਿਉਂ? ਇਹ ਜੁਰਮ ਇਨਸ਼ਾ ਅੱਲਾ ਅਸੀਂ ਕਬਰ 'ਚ ਵੀ ਕਰਨਾ।